अमृतसर में जोड़ा फाटक के पास बिजली कटों की समस्या से परेशान लोगों की आवाज को बुलंद करने के लिए रोष प्रदर्शन किया गया। ये प्रदर्शन पंजाब यूथ कांग्रेस के जनरल सकत्तर मिठू मदान की अगुवाई में किया गया। उन्होंने आम आदमी पार्टी की सरकार के खिलाफ नारे लगाते हुए बताया कि अगर हमारे इलाकों में बिजली ठीक नहीं की गई तो वह फिर एक बड़ा प्रदर्शन करेंगे, जिसमें कि 2 से 4 हजार लोग शामिल होंगे और कैबिनेट मंत्री हरभजन सिंह ईटीओ की कोठी का घेराव किया जाएगा। उन्होंने कहा कि अगर हमारी समस्या का कोई हल ना हुआ तो सड़कों को भी बंद किया जाएगा। मिठू मदान ने केजरीवाल पर निशाना साधते हुए कहा कि केजरीवाल हमेशा कहता था कि एक मौका दे दो, अब लोगों ने मौका दिया है तो इन्होंने दिन रात बिजली के कट लगा दिए हैं। जनता बहुत परेशान है और लोग महसूस कर रहे हैं कि उन्होंने आम आदमी पार्टी को वोट डालकर बहुत बड़ी गलती कर दी है। अज जेड़ा बदलाव है उस सारे लोकी सड़कां ते आ गए है, बदलाव देख रहे हो, बदलाव की है। अज लोकां नूं बत्ती नहीं मिल रही, पानी नहीं मिल रहा, नहाने वास्ते सवेरे ट्यूबवैल नहीं चलते, बुरा हाल है। जिहड़े लोकां ने सवेरे नौकरी पेशे लोकां ने कम्मां ते जाना है, ओह बुरा हाल होया पिया। जिहड़ा कि बदलाव जिहड़ा रख्या सी, अज देख लो अज बदलाव की है, बत्ती नहीं है बिल्कुल इलाकियां च। ਇਸ ਕਰਕੇ 3-3 ਦਿਨ ਹੋ ਗਏ ਕੱਟ, ਉਦਯੋਗਪਤੀ ਫੈਕਟਰੀਆਂ ਵਾਲੇ ਰੋ ਰਹੇ ਹੈ, ਆਮ ਜਨਤਾ ਰੋ ਰਹੀ ਹੈ, ਬੁਰਾ ਹਾਲ ਹੋਇਆ ਪਿਆ ਹੈ ਅੱਜ ਸਾਡੇ ਪੰਜਾਬ ਦਾ। ਅੱਜ ਲੋਕ ਫਿਰ ਦੁਬਾਰਾ ਤੋਂ ਕਾਂਗਰਸ ਸਰਕਾਰ ਨੂੰ ਯਾਦ ਕਰ ਰਹੇ ਹੈ, ਕਿਉਂਕਿ ਜੋ ਬਿੱਲ ਚੰਡੀ ਜੀ ਨੇ ਸਿੱਧੂ ਸਾਹਿਬ ਨੇ ਲਾਤੇ ਸੀ ਉਹ ਲੋਕ ਦੁਬਾਰਾ ਯਾਦ ਕਰ ਰਿਹਾ, ਜੋ ਉਹੀ ਹੋ ਜਾਵੇ ਜਿਸ ਹਿਸਾਬ ਨਾਲ 1 ਕਿਲੋਵਾਟ ਦਾ ਲਾਤਾ ਹੈ। ਮੇਰੇ ਹਿਸਾਬ ਨਾਲ ਸਿਰਫ ਸਾਰੇ ਪੰਜਾਬ 'ਚ 2% 1 ਕਿਲੋਵਾਟ ਨਹੀਂ ਹੈਗਾ ਮੀਟਰ, ਤੇ ਬੁਰਾ ਹਾਲ ਹੈ। ਇਸ ਕਰਕੇ ਆਪਾਂ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ, ਪੰਜਾਬ ਦੇ ਜਿਸ ਹਿਸਾਬ ਨਾਲ ਤੁਹਾਨੂੰ ਉਮੀਦਾਂ ਨਾਲ ਲੈ ਕੇ ਆਏ, ਉਹ ਉਮੀਦਾਂ 'ਤੇ ਖਰੇ ਉਤਰੋ, ਤੁਹਾਡੇ ਕੋਲ ਉਤਰਿਆ ਨਹੀਂ ਜਾ ਰਿਹਾ, ਕਿਉਂਕਿ ਭਗਵੰਤ ਮਾਨ ਜੀ ਦੇ ਵਿਚਾਰਾਂ ਦੇ ਪੱਲੇ ਕੱਖ ਨਹੀਂ। ਉਹ ਇੱਕ ਨਾਂ ਦੇ ਮੁੱਖ ਮੰਤਰੀ ਆ, ਮੁੱਖ ਮੰਤਰੀ ਤਾਂ ਅਰਵਿੰਦ ਕੇਜਰੀਵਾਲ ਆ, ਜਿਹੜਾ ਦਿੱਲੀ ਉਹ ਆਪਣੀ ਸਰਕਾਰ ਚਲਾ ਰਿਹਾ। ਭਗਵੰਤ ਮਾਨ ਜੀ ਦੇ ਵਿਚਾਰੇ ਦੇ ਕੱਖ ਨਹੀਂ ਪੱਲੇ। ਇਸ ਕਰਕੇ ਸਾਡੇ ਲੋਕ ਸਾਰੇ ਪਰੇਸ਼ਾਨ ਹੋ ਕੇ ਬੈਠੇ ਨੇ, ਸਾਰੀ ਜਨਤਾ ਪਰੇਸ਼ਾਨ ਹੈ, ਸਾਰਾ ਪੰਜਾਬ ਰੋ ਰਿਹਾ। ਮਿੱਠੂ ਜੀ ਅੱਜ ਕੀ ਕੀਤਾ? ਅੱਜ ਜੀ ਆਪਾਂ ਪੱਖੀਆਂ ਅਤੇ ਮੋਮਬੱਤੀਆਂ ਲੋਕਾਂ ਨੂੰ ਵੰਡੀਆਂ, ਦੁਕਾਨਾਂ 'ਤੇ ਜਾ ਕੇ ਅੱਜ ਸਿਰਫ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ, ਸਿਰਫ ਛੋਟਾ ਜਿਹਾ ਪ੍ਰੋਗਰਾਮ। ਜੇ ਪੰਜਾਬ ਸਰਕਾਰ 2-3 ਦਿਨਾਂ 'ਚ 4 ਦਿਨਾਂ 'ਚ ਬੱਤੀ ਨਹੀਂ ਠੀਕ ਕਰੂਗੀ, ਫਿਰ ਆਪਾਂ ਵੱਡਾ ਇੱਕ ਪ੍ਰੋਗਰਾਮ ਰੱਖਾਂਗੇ ਜਿਹਦੇ 'ਚ 2-4 ਹਜ਼ਾਰ ਲੋਕ ਇਕੱਠੇ ਹੋਣਗੇ। ਈਟੀਓ ਜਿਹੜਾ ਕਿ ਮੰਤਰੀ ਹੈ ਪਾਵਰ ਦਾ, ਉਹਦਾ ਘਰ ਘਰ ਘੇਰਾਂਗੇ, ਉਹਨੂੰ ਗੱਡੀਆਂ ਵੀ ਉਹਦੀਆਂ ਘੇਰਾਂਗੇ, ਉਹਨੂੰ ਥਾਂ ਥਾਂ ਸੜਕਾਂ 'ਤੇ ਵੀ ਘੇਰਾਂਗੇ। ਯੂਥ ਕਾਂਗਰਸ ਕੋਈ ਲਿਹਾਜ਼ ਨਹੀਂ ਕਰਦੀ, ਜਿਸ ਟਾਈਮ ਕਿਸੇ ਨਾ ਮਾੜਾ ਗੱਲ ਹੁੰਦੀ ਹੋਵੇ ਯੂਥ ਕਾਂਗਰਸ ਖਲੋਤੀ ਹੈ। ਆਪਾਂ ਸਾਰੇ ਸੱਜਣ ਭਰਾ, ਸਾਰੀ ਕਾਂਗਰਸ ਦੀ ਟੀਮ ਸਾਰੀ ਖੜ੍ਹੀ ਹੈ, ਅਤੇ ਆਪਾਂ ਉਹਨਾਂ ਦਾ ਵੱਡਾ ਪ੍ਰਦਰਸ਼ਨ ਕਰਾਂਗੇ। ਇਹ ਤਾਂ ਸਿਰਫ ਅੱਜ ਸੈਂਪਲ ਵਹਾਇਆ, ਇੰਟਰਵਲ ਜਾਵਾ, ਅਗਲਾ ਕੰਮ ਵਹਾਉਣਾ, ਅਤੇ ਜੇ ਨਾ ਬਾਜ ਆਏ ਤਾਂ ਇਹਨਾਂ ਦਾ ਕੋਈ ਲਿਹਾਜ਼ ਨਹੀਂ ਕਰਨਾ, ਕਿਉਂਕਿ 92 ਐਮ ਐਲ ਏ ਹੋਣ, ਇੱਕ ਅੱਧਾ ਤਾਂ ਬੋਲ ਪੈਂਦਾ, ਕੋਈ ਵੀ ਨਹੀਂ ਬੋਲਣ ਡਿਆ, 92 ਦੇ 92 ਚੁੱਪ ਹੈ। ਲੋਕ ਕਹਿੰਦੇ ਨੇ ਹਾਏ ਕਿਉਂ ਵੋਟ ਪਾਈ ਆਪ ਨੂੰ, ਨਾ ਦਿਨੇ ਬੱਤੀ ਨਾ ਰਾਤ ਨੂੰ, ਬੁਰਾ ਹਾਲ ਹੈ। ਇਸ ਕਰਕੇ ਲੋਕ ਕੇਜਰੀਵਾਲ ਕਹਿੰਦਾ ਸੀ ਇੱਕ ਮੌਕਾ ਕੇਜਰੀਵਾਲ ਨੂੰ, ਨਾ ਬਿਜਲੀ ਦਿਨ ਨੂੰ ਨਾ ਰਾਤ ਨੂੰ, ਸਾਡੀ ਤਾਂ ਬੱਤੀਆਂ ਵੀ ਚਲ ਗਈਆਂ। ਇਸ ਕਰਕੇ ਲੋਕ ਪਰੇਸ਼ਾਨ ਹੈ, ਲੋਕ ਗਲਤੀਆਂ ਮਹਿਸੂਸ ਕਰ ਰਹੇ ਨੇ, ਜੋ ਵੋਟਾਂ ਪੈ ਗਈਆਂ ਅੱਜ ਸਾਰਾ ਪੰਜਾਬ ਇੱਕ ਇੱਕ ਘਰ ਮਹਿਸੂਸ ਕਰ ਰਿਹਾ, ਬੁਰਾ ਹਾਲ ਹੈ। ਅੱਜ ਦਾ ਪ੍ਰੋਟੈਸਟ ਜਿਹੜਾ ਬਸ ਇੱਕ ਜਿਹੜੇ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਆ, ਜੋ ਕੇਜਰੀਵਾਲ ਨੇ ਪੰਜਾਬ ਨੂੰ ਪਹਿਲਾਂ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਉਹ ਚੋਣਾਂ ਤੋਂ ਬਾਅਦ ਹੀ ਦੇਖਿਆ ਤੁਸੀਂ ਵੇਖਿਆ ਹੋਇਆ ਕਿ ਪੰਜਾਬ ਸੂਬਾ ਸਾਰਾ ਬਿਜਲੀ ਦੇ ਲੰਬੇ ਕੱਟਾਂ ਨਾਲ ਵਿੱਚ ਡੁੱਬਿਆ ਪਿਆ ਆ, ਅਤੇ ਅੱਜ ਇੱਕ ਛੋਟਾ ਜਿਹਾ ਪ੍ਰੋਟੈਸਟ ਕੀਤਾ ਆ, ਮੋਮਬੱਤੀਆਂ ਪੱਖੀਆਂ ਥਾਂ ਫੜ ਗਏ, ਦੁਕਾਨਾਂ 'ਚ ਜਾ ਕੇ ਮੰਡੀਆਂ ਗਈਆਂ ਆ, ਕਿਉਂਕਿ ਬਿਜਲੀ ਆਉਣੀ ਨਹੀਂ ਆ, ਪੱਖੀਆਂ ਚੱਲੀ ਜਾਓ ਤਾਂ ਮੋਮਬੱਤੀਆਂ ਨਾਲ ਜਲਾਈ ਜਾਓ। ਦੇਖੋ ਜੀ ਇੱਕ ਛੋਟਾ ਜਿਹਾ ਪ੍ਰੋਟੈਸਟ ਕੀਤਾ ਆ, ਜੇ 2-4 ਦਿਨਾਂ ਵਿੱਚ ਸਰਕਾਰ ਪੰਜਾਬ ਸੂਬਾ ਸਾਡੀ ਨਹੀਂ ਸੁਣਵਾਈ ਕਰਦੀ, ਫਿਰ ਅਸੀਂ ਆਪਣੇ ਪੂਰੇ ਪੰਜਾਬ ਦੀ ਯੂਥ ਦੀ ਟੀਮ ਲੈ ਕੇ ਇੱਕ ਵੱਡਾ ਪ੍ਰੋਟੈਸਟ ਕਰਾਂਗੇ।